ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਸਭ ਤੋਂ ਪਹਿਲਾਂ ਤਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ। ਇਸ ਖੁਸ਼ੀ ਦੇ ਮੌਕੇ ਦੇ ਉੱਤੇ ਅੱਜ ਅਸੀਂ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ, ਜੋ ਕਿ ਹਰੀਸਨ ਰੋਡ ਲੈਸਟਰ ਵਿਖੇ ਸਥਿਤ ਹੈ, ਉੱਥੇ ਪਹੁੰਚੇ ਹਾਂ। ਇੱਥੇ ਸੰਗਤਾਂ ਦੂਰ ਦੁਰਾਡਿਓਂ ਵੀ ਆ ਰਹੀਆਂ ਨੇ, ਲੈਸਟਰ ਦੀਆਂ ਵੀ ਸੰਗਤਾਂ ਹੋਣਗੀਆਂ ਨੇ। ਸਭ ਤੋਂ ਪਹਿਲਾਂ ਤਾਂ ਜਿਹੜੇ ਅਖੰਡ ਪਾਠ ਸਾਹਿਬ ਦੇ ਜਿਹੜੇ ਭੋਗ ਪਾਏ ਜਾਣਗੇ, ਅਤੇ ਉਸ ਤੋਂ ਬਾਅਦ ਕੀਰਤਨ ਹੋਏਗਾ, ਆਰਤੀ ਹੋਵੇਗੀ, ਅਤੇ ਦੂਸਰੇ ਸ਼ਹਿਰਾਂ ਤੋਂ ਵੀ ਜਿਹੜੇ ਆ ਗਾਇਕ ਵੀ ਆ ਰਹੇ ਨੇ, ਜੋ ਕਿ ਬਾਬਾ ਜੀ ਦੇ ਗੁਣ ਗਾਇਨ ਕਰਨਗੇ। ਅਸੀਂ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜੋ ਹਮੇਸ਼ਾ ਦੀ ਤਰ੍ਹਾਂ ਹਰ ਸਾਲ ਹੀ ਸਾਨੂੰ ਇਹਨਾਂ ਖੁਸ਼ੀਆਂ ਵਿੱਚ ਸ਼ਾਮਿਲ ਕਰਦੇ ਨੇ, ਔਰ ਇਹ ਖੁਸ਼ੀਆਂ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਡੇ ਨਾਲ ਗਿਆਨੀ ਸੰਸਾਰ ਸਿੰਘ ਜੀ, ਇਹਨਾਂ ਦੇ ਨਾਲ ਅਸੀਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੇਖੋ ਕਿੰਨਾ ਵਡਭਾਗਾ ਦਿਨ ਹੈਗਾ, ਬਹੁਤ ਖੁਸ਼ੀ ਦਾ ਦਿਹਾੜਾ ਜੀ। ਇੱਕ ਹੋਰ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ, ਕਿਉਂਕਿ ਕਈ ਵਾਰੀ ਜਦੋਂ ਮਹਾਂਪੁਰਖਾਂ ਦੇ ਦਿਨ ਆਉਂਦੇ ਅਸੀਂ ਉਸੇ ਦਿਨ ਮਨਾ ਕੇ ਅਤੇ ਉਸ ਦੂਸਰੇ ਦਿਨ ਫਿਰ ਆਪਣੇ ਕੰਮਾਂ ਕਾਰਾਂ 'ਚ ਲੱਗ ਜਾਂਦੇ ਹਾਂ। ਪਰ ਇਹ ਜਿਹੜਾ ਤੁਸੀਂ ਇੱਕ ਤੁਹਾਡੀ ਸੰਸਥਾ ਨੇ, ਕਹਿ ਲਓ UK ਦੀ ਨੇ, ਤੁਹਾਡੀ ਕਮੇਟੀ ਨੇ ਇੱਕ ਬਹੁਤ ਵਧੀਆ ਜਿਹੜਾ ਕਾਰਜ ਆਰੰਭਿਆ, ਇਹ ਜਿਹੜਾ ਤੁਸੀਂ ਇੱਕ ਇੱਕ ਕਰਕੇ ਜਿਹੜਾ ਮਨਾਉਂਦੇ ਹੈਗੇ, ਅਤੇ ਮੈਂ ਚਾਹੁੰਦਾ ਕਿ ਅੱਜ ਸੰਗਤਾਂ ਜਿਹੜੀਆਂ ਬਾਹਰੋਂ ਵੀ ਆ ਰਹੀਆਂ, ਨਾਲੇ ਦੇ ਪ੍ਰੋਗਰਾਮ ਬਾਰੇ ਦੱਸਿਓ। ਅੱਜ ਜੋ ਲੈਸਟਰ ਵਿਖੇ ਸ਼੍ਰੀ ਗੁਰਦਾਸ ਗੁਰਦੁਆਰਾ ਸਾਹਿਬ ਜੋ ਹਰੀਸਨ ਰੋਡ ਦੇ ਉੱਤੇ ਹੈ, ਤੋ ਜਿੱਥੇ ਹਮੇਸ਼ਾ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਆਗਮਨ ਪੁਰਬ, ਜਿਹੜਾ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਇਹ ਸਾਰੀ ਸੰਗਤ ਜਿੰਨੀ ਵੀ ਹੈ ਸਾਰੀਆਂ ਮਿਲ ਕਰਕੇ, ਜਿੱਥੇ ਮਹਾਰਾਜ ਨੇ ਜੋ ਬਚਨ ਹਨ ਵੀ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਵਾਹਰਾ ਜੀਓ, ਇੱਥੇ ਉਹ ਮਿਸਾਲ ਜਿਹੜੀ ਹੈ ਉਹ ਇੱਥੇ ਦੀ ਹੈ ਕਿ ਲੈਸਟਰ ਦੇ ਵਿੱਚ ਸਾਰੇ ਜਿੰਨੇ ਵੀ ਗੁਰੂ ਘਰ ਹੈਗੇ ਆ ਸਾਰੇ ਇਕੱਠੇ ਹੋ ਕਰਕੇ ਸਾਹਿਬ ਸ੍ਰੀ ਗੁਰਦਾਸ ਮਹਾਰਾਜ ਜੀ ਦਾ ਅੱਜ ਆਗਮਨ ਪੁਰਬ ਜੋ ਹਰੀਸਨ ਰੋਡ ਦੇ ਉੱਤੇ ਆਪਾਂ ਮਨਾ ਰਹੇ ਹਾਂ, ਤੋ ਸਤਿਗੁਰੂ ਮਹਾਰਾਜ ਜੀ ਦੇ ਆਗਮਨ ਦਿਹਾੜੇ ਨੂੰ ਮੁੱਖ ਜਾਣ ਕਰਕੇ ਜਿੱਥੇ ਪਰਿਵਾਰਾਂ ਨੇ ਹੋਰ ਸੰਗਤਾਂ ਨੇ ਮਿਲ ਕਰਕੇ ਜੋ 11 ਸੁਭ ਸ੍ਰੀ ਖੰਡ ਜਾਪ ਆਰੰਭ ਹੋਏ, ਜੋ ਅੱਜ 11 ਦਾ ਭੋਗ ਪਿਆ, ਅਤੇ ਉੱਥੇ ਸਮੁੱਚੀ ਸਾਰ ਸੰਗਤ ਨੇ ਮਿਲ ਕਰਕੇ ਲੰਗਰਾਂ ਦੀ ਸੇਵਾਵਾਂ ਕੀਤੀਆਂ, ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਕੀਤੀਆਂ। ਸੋ ਦਾਸ ਸਾਰਿਆਂ ਨੂੰ, ਕੋਹੇ ਨੂੰ, ਰੇਡੀਓ ਨੂੰ, ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰਦਾਸ ਮਹਾਰਾਜ ਜੀ ਦੇ 642 ਪੁਰਬ ਦੀ ਲੱਖ ਲੱਖ ਵਧਾਈ ਦਿੰਦਾ, ਅਤੇ ਨਾਲ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ 40 ਸ਼ਬਦ ਜਿਹੜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਅੰਕਿਤ ਕੀਤੇ ਹਨ, ਔਰ ਐਸੇ ਪਾਵਨ ਅਤੇ ਪਵਿੱਤਰ ਬੋਲ ਹੈ ਜੋ ਹਮੇਸ਼ਾ ਵਾਸਤੇ ਰਹਿੰਦੀ ਦੁਨੀਆ ਤੱਕ ਗੂੰਜਦੇ ਰਹਿਣਗੇ, ਔਰ ਉਹਨਾਂ ਦਾ ਜਿਹੜਾ ਆਗਮਨ ਪੁਰਬ ਮਨਾਇਆ ਆਪਾਂ ਸਾਰੇ ਮਿਲ ਕਰਕੇ ਮਨਾ ਰਹੇ ਹਾਂ, ਅਤੇ ਆਗਮਨ ਪੁਰਬ ਦੇ ਵਿੱਚੋਂ ਆਪਾਂ ਇਹ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਕਿ ਸਤਿਗੁਰੂ ਜੀ ਦਾ ਜੋ ਉਪਦੇਸ਼ ਹੈ ਅਸੀਂ ਉਸ ਨੂੰ ਗ੍ਰਹਿਣ ਕਰੀਏ, ਤਾਂ ਕਿ ਆਗਮਨ ਪੁਰਬ ਮਨਾਇਆ ਤਾਂ ਹੀ ਉਹ ਸਾਨੂੰ ਇਹ ਲਾਹੇਵੰਦ ਹੈ ਕਿ ਜੇ ਆਪਾਂ ਗੁਰੂ ਦੀ ਗੱਲ ਨੂੰ ਲੜ ਬੰਨ ਕੇ ਆਪਣੇ ਜੀਵਨ ਦੇ ਵਿੱਚ ਢਾਲੀਏ। ਅਤੇ ਮਹਾਰਾਜ ਦਾ ਸ਼ਬਦ ਹੈ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੇ ਉਠਾਓ, ਨਾ ਤਸਵੀਜ ਖਰਾਜ ਨਾ ਮਾਲ, ਖੌਫ ਨਾ ਖਤਰਾ ਨਾ ਤਰਸ ਜਵਾਲ। ਸਤਿਗੁਰੂ ਰਵਿਦਾਸ ਦਾ ਜਦੋਂ ਅਵਤਾਰ ਹੋਇਆ, ਕਲੀਆਂ ਮਹਿਕੀਆਂ ਫੁੱਲ ਮਸਕਾਉਣ ਲੱਗੇ, ਵੇ ਕਿਹੜੀਆਂ ਬੁਲਬੁਲਾਂ ਵੀ ਤੇਰੇ ਗੀਤ ਗਾਏ, ਤੇਰੇ ਝੂਮ ਤੇ ਵਿਹਕੇ ਚਲੀ ਪਾਉਣ ਲੱਗੇ, ਓਏ ਪਤ ਝੜਾਂ ਦਾ ਖਾਤਮਾ ਹੋ ਗਿਆ ਸੀ, ਨਵੇਂ ਰੰਗ ਗੁਲਜ਼ਾਰ ਤੇ ਆਉਣ ਲੱਗੇ, ਦੁਖੀਆਂ ਦਾਤੀਆਂ ਦਾ ਬਲੀ ਜਦੋਂ ਆਇਆ, ਬੰਦੇ ਰੱਬ ਦੇ ਸ਼ੁਕਰ ਮਨਾਉਣ ਲੱਗੇ, ਓਏ ਉਹਦੇ ਮੁਖੜ ਦਾ ਨੂਰ ਵੇਖ ਕੇ ਤੇ ਚੰਦ ਪਰਾਂ ਵਿੱਚ ਸ਼ਰਮਾਉਣ ਲੱਗੇ, ਓਏ ਜਨਮੀ ਉਸ ਦਾ ਜੱਜ ਵਿੱਚ ਸਫਲ ਹੋਇਆ, ਤੇਰੀ ਬਾਣੀ ਦੇ ਜਿਹਨਾਂ ਨੂੰ ਬਾਣ ਲੱਗੇ, ਮਾਣ ਬਣ ਕੇ ਲੱਖਾਂ ਨੇ ਵਾਲਿਆਂ ਦਾ, ਮਾਣ ਟੁੱਟਿਆ ਜਾਤ ਅਭਿਮਾਨੀਆਂ ਦਾ, ਓਏ ਤੇਰੇ ਚਰਨਾਂ ਦੇ ਨਾਲ ਜੁੜ ਗਏ, ਜਿਹੜੇ ਜੂਣਾ ਸਫਲ ਹੈ ਉਹਨਾਂ ਪ੍ਰਾਣੀਆਂ ਦਾ, ਸਤਿਗੁਰ ਸੱਚ ਤੇਰੇ ਬੇਗਮਪੁਰੇ ਅੰਦਰ, ਸਿੱਕਾ ਚੱਲਦਾ ਨਹੀਂ ਬੇਈਮਾਨੀਆਂ ਦਾ, ਓਏ ਨਾਗਰ ਮਲ ਨੂੰ ਭੁਗਤਣਾ ਪੈ ਗਿਆ ਸੀ, ਨਾਗਰ ਮਲ ਨੂੰ ਭੁਗਤਣਾ ਪੈ ਗਿਆ ਸੀ, ਫਲ ਆਪਣੀਆਂ ਹੀ ਬਦਗੁਮਾਨੀਆਂ ਦਾ, ਉਹ ਟੁੱਟ ਗਿਆ ਹੰਕਾਰ ਹੰਕਾਰੀਆਂ ਦਾ, ਤੇਰੇ ਚਰਨਾਂ ਤੇ ਸੀਸ ਝੁਕਾਉਣ ਲੱਗੇ, ਓਏ ਵੱਡੇ ਭਾਗਾਂ ਵਾਲੇ ਉਹ ਜਹਾਨ ਅੰਦਰ ਤੇਰੀ ਬਾਣੀ ਦੇ ਜਿਹਨਾਂ ਨੂੰ ਬਾਣ ਲੱਗੇ, ਦਸਾਂ ਗੁਰੂਆਂ ਦੀ ਜਾਗਦੀ ਜੋਤ ਅੰਦਰ, ਦਸਾਂ ਗੁਰੂਆਂ ਦੀ ਜਾਗਦੀ ਜੋਤ ਅੰਦਰ, ਜੋ ਗ੍ਰੰਥ ਸਾਹਿਬ ਵਿੱਚ ਵੀ ਬਰਾਨ ਮਾਨ ਹੈ ਤੋਂ, ਓਏ ਲੱਭੀ ਜੋਤ ਅੰਦਰ ਇੱਕ ਮਿੱਕ ਹੈ ਤੋਂ, ਰਿਸ਼ੀਆਂ ਮੁਨੀਆਂ ਵਿੱਚ ਪੁਰਖ ਪ੍ਰਧਾਨ ਹੈ ਤੋਂ, ਤੇਰੀ ਬਾਣੀ ਗੁਰਬਾਣੀ ਨਿਰੰਕਾਰ ਦੀ ਹੈ, ਤੇਰੀ ਬਾਣੀ ਗੁਰਬਾਣੀ ਨਿਰੰਕਾਰ ਦੀ ਹੈ, ਸੱਚੀ ਦਰਗਾਹ ਦੇ ਵਿੱਚ ਪ੍ਰਵਾਨ ਹੈ ਤੂੰ,
ਜੁਗਾ ਜੁਗਾ ਤੋਂ ਡਿੱਗੇ ਹੋਏ ਬੰਦਿਆਂ ਲਈ ਵੱਡਾ ਆਸਰਾ ਤੇ ਵਰਦਾਨ ਹੈ ਤੂੰ। ਓਏ ਧੂੜੀ ਤੇਰਿਆਂ ਚਰਨਾਂ ਦੀ ਚੁੱਕ ਚੁੱਕ ਕੇ ਉਹ ਦੇਵੀ ਦੇਵਤੇ ਮੱਥੇ ਤੇ ਲਾਉਣ ਲੱਗੇ। ਓਏ ਨਾ ਲੂਣਾ ਦਾ ਜੱਗ ਵਿੱਚ ਚਮਕਦਾ ਹੈ ਤੇਰੀ ਬਾਣੀ ਦੇ ਜਿਨ੍ਹਾਂ ਨੂੰ ਮਾਣ ਲੱਗੇ। ਸਤਿਗੁਰੂ ਰਵਿਦਾਸ ਤੇਰੀ ਦਹਿਲੀਜ ਉੱਤੇ, ਸਤਿਗੁਰੂ ਰਵਿਦਾਸ ਤੇਰੀ ਦਹਿਲੀਜ ਉੱਤੇ ਮੇਰਾ ਸਿਰ ਝੁਕਾਉਣ ਜੀ ਕਰਦਾ। ਉਹ ਜੀ ਕਰਦਾ ਮੈਂ ਚੁੰਮ ਲਵਾਂ ਚਰਨ ਤੇਰੇ, ਧੂੜੀ ਮੱਥੇ ਲਗਾਉਣ ਨੂੰ ਜੀ ਕਰਦਾ। ਰੱਬੀ ਰੂਪ ਤੇਰਾ ਹੈ ਗੋਬਿੰਦ ਵਰਗਾ, ਰੱਬੀ ਰੂਪ ਤੇਰਾ ਹੈ ਗੋਬਿੰਦ ਵਰਗਾ, ਸੀਨੇ ਵਿੱਚ ਵਸਾਉਣ ਨੂੰ ਜੀ ਕਰਦਾ। ਤੇਰੇ ਬੇਗਮਪੁਰੇ ਵਿੱਚ ਗਮ ਕੋਈ ਨਹੀਂ, ਉੱਥੇ ਲੈਣ ਵਿਛਾਉਣ ਨੂੰ ਜੀ ਕਰਦਾ। ਦਾਤਾਂ ਤੇਰੀਆਂ ਟੁੱਟ ਭੰਡਾਰ ਹੈ ਸਨ, ਦਾਤਾਂ ਤੇਰੀਆਂ ਟੁੱਟ ਭੰਡਾਰ ਹੈ ਸਨ, ਭਰ ਭਰ ਝੋਲੀਆਂ ਲੋਕ ਲੈ ਜਾਣ ਲੱਗੇ। ਤੇਰਾ ਨਾਮ ਜਪ ਜਪ ਕੇ ਹੋ ਗਏ ਧਨ ਬੰਦੇ ਤੇਰੀ ਬਾਣੀ ਦੇ ਜਿਨ੍ਹਾਂ ਨੂੰ ਮਾਣ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਜੋ ਗੁਰੂ ਘਰ ਅੱਜ ਪਹੁੰਚੀਆਂ ਹਨ, ਹਰ ਤਰ੍ਹਾਂ ਦੀਆਂ ਸੇਵਾਵਾਂ ਕਰ ਰਹੀਆਂ ਹਨ, ਦਾਸ ਉਹਨਾਂ ਦਾ ਬਹੁਤ ਧੰਨਵਾਦੀ ਹੈ। ਇਸੇ ਤਰ੍ਹਾਂ ਜੋ ਵੀ ਦੂਸਰੀਆਂ ਸੇਵਾਵਾਂ ਤੋਂ ਦੂਰ ਦੁਰਾਡੇ ਤੋਂ ਸੇਵਾਵਾਂ ਆਈਆਂ ਹਨ, ਦਾਸ ਉਹਨਾਂ ਦਾ ਵੀ ਜੀਆਂ ਧੰਨਵਾਦ ਕਰਦਾ ਹੈ। ਸਾਡੀ UK ਸਭਾ ਯੂਰਪੀਅਨ ਬਰੋਡ ਉਹਨਾਂ ਦੇ ਨੁਮਾਇੰਦੇ ਆਏ ਹੋਏ ਹਨ, ਪ੍ਰਧਾਨ ਜੀ ਆਏ ਹੋਏ ਹਨ, ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਇਸੇ ਤਰ੍ਹਾਂ ਜੋ ਵੀ ਗੁਰੂ ਘਰ VIP ਗੈਸਟ ਪਹੁੰਚੇ ਹਨ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਦਾਸ ਹਮੇਸ਼ਾ ਦੀ ਤਰ੍ਹਾਂ ਜੋ ਵੀ ਬੀਬੀਆਂ ਭੈਣਾਂ ਵੀਰ ਹਰ ਰੋਜ਼ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤਾਈਂ ਸੇਵਾ ਕਰਦੇ ਹਨ, ਦਾਸ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹੈ। ਦਾਸ ਆਪਣੀ ਕਮੇਟੀ ਦਾ ਵੀ ਧੰਨਵਾਦੀ ਹੈ ਜੋ ਆਪਣਾ ਸਮਾਂ ਕੱਢ ਕੇ ਇਸ ਗੁਰੂ ਘਰ ਵਿੱਚ ਦਾਸ ਦਾ ਸਾਥ ਦਿੰਦੇ ਹਨ। ਅਮਰਤ ਪਿਤਾ ਦਾਤਾ ਜਿਨ੍ਹਾਂ ਤੇਰੀ ਪੁੰਡੀ ਵਿੱਚੋਂ।
ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਕੋਟਾਨ ਕੋਟ ਵਧਾਈਆਂ ਜੀ। ਹੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਿਓ ਦਰਸ਼ਨ ਦੇਖੇ। ਇਹੋ ਜਿਹੇ ਮਹਾਨ ਅਤੇ ਰੱਬੀ ਪੁਰਸ਼ ਜਿਨ੍ਹਾਂ ਦੇ ਬਾਬਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਰਚਨਾ ਦੇ ਵਿੱਚ ਬਾ ਕਮਾਲ ਲਿਖਦੇ ਹਨ, ਧੰਨ ਜੀਓ ਤਿਹੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ। ਸਮੇਂ ਦੀ ਹਕੂਮਤ ਦੇ ਖਿਲਾਫ ਬੋਲਣਾ, ਆਪਣੇ ਲੋਕਾਂ ਨੂੰ ਜਗਾਉਣਾ ਕੋਈ ਆਮ ਕੰਮ ਨਹੀਂ ਸੀ। ਫਿਰ ਵੀ ਇਹੋ ਜਿਹੇ ਇਨਸਾਨ ਜਿਨ੍ਹਾਂ ਨੇ ਆਪਾਂ ਨਿਸ਼ਾਵਰ ਕਰਕੇ ਸਮੇਂ ਦੀ ਹਕੂਮਤ ਆਪਣੀ ਕੌਮ ਨੂੰ ਜਗਾਉਣ ਦਾ ਬੀੜਾ ਚੁੱਕਿਆ, ਉਹਨਾਂ ਵਿੱਚੋਂ ਇੱਕ ਮਹਾਨ ਯੋਧੇ ਜਿਨ੍ਹਾਂ 'ਤੇ ਸਾਨੂੰ ਮਾਣ ਹੈ ਉਹ ਸਨ ਸਤਿਗੁਰੂ ਰਵਿਦਾਸ ਮਹਾਰਾਜ ਜੀ। ਜਿਵੇਂ ਆਪ ਨੂੰ ਪਤਾ ਕਿ ਅਸੀਂ ਥੱਲੇ ਜਲਿਆਂਵਾਲੇ ਬਾਗ ਦੇ ਬਾਰੇ ਸਿਗਨੇਚਰ ਕੰਪੇਨ ਸ਼ੁਰੂ ਕੀਤੀ ਹੈ, ਨੀਅਰਲੀ 8-9 ਮਹੀਨੇ ਹੋ ਗਏ। ਅਸੀਂ ਚਾਹੁੰਦੇ ਹਾਂ ਭਾਰਤੀ ਮਜ਼ਦੂਰ ਸਭਾ ਨੇ ਰਲ ਕੇ ਜਲਿਆਂਵਾਲਾ ਸੈਂਟਨਰੀ ਕਮੇਟੀ ਬਣਾਈ, ਸਾਰੀ ਇੰਗਲੈਂਡ ਵਿੱਚ ਹਰ ਸ਼ਹਿਰ ਵਿੱਚ ਅਸੀਂ ਸਿਗਨੇਚਰ ਕੰਪੇਨ ਜਿਹੜੀ ਸ਼ੁਰੂ ਕੀਤੀ ਹੈ। ਅਤੇ ਇੱਕ ਮੀਟਿੰਗ ਅਸੀਂ 19 ਜੂਨ ਨੂੰ ਪਾਰਲੀਮੈਂਟ ਵਿੱਚ ਰੂਮ ਨੰਬਰ 14 ਵਿੱਚ ਕੀਤੀ, ਜਿੱਥੇ 250 ਦੇ ਕਰੀਬ ਲੋਕ ਵੱਖ ਵੱਖ ਸ਼ਹਿਰਾਂ 'ਚੋਂ ਆਏ ਅਤੇ ਕਈ ਐਮ ਪੀ ਵੀ ਉੱਥੇ ਸਨ ਅਤੇ ਕ੍ਰਿਸ ਵਿਲੀਅਮ ਸਨ ਜਿਹੜੇ ਡਰਬੀ ਦੇ ਐਮ ਪੀ ਹਨ ਉਹਨਾਂ ਨੇ ਉਸ ਮੀਟਿੰਗ ਨੂੰ ਚੇਅਰ ਕੀਤਾ। ਪਾਰਲੀਮੈਂਟ ਵਿੱਚ 50 ਐਮ ਪੀ ਨੇ ਜਿਨ੍ਹਾਂ ਨੇ ਕਮਿਟ ਕੀਤਾ ਕਿ ਅਸੀਂ ਪ੍ਰੈਸ਼ਰ ਪਾਵਾਂਗੇ ਇੱਥੇ ਦੀ ਗੌਰਮੈਂਟ 'ਤੇ ਤਾਂ ਕਿ ਫੋਰਮਲ ਜਿਹੜੀ ਅਪੋਲੋਜੀ ਉਹ ਕੀਤੀ ਜਾਵੇ, ਜਿਹੜੀ ਬੁੱਕ ਜਿਹਨੂੰ ਹੰਸੜ ਕਹਿੰਦੇ ਆ ਉਹਦੇ ਵਿੱਚ ਅਪੋਲੋਜੀ ਜਿਹੜੀ ਦਰਜ ਕੀਤੀ ਜਾਵੇ, ਕਿਉਂਕਿ ਜਲਿਆਂਵਾਲੇ ਬਾਗ ਵਿੱਚ ਜਿਹੜਾ ਤਸ਼ੱਦਦ ਹੋਇਆ, ਜਿਹੜਾ ਅਤਿਆਚਾਰ ਹੋਇਆ ਉਹ ਬੇਮਿਸਾਲ ਹੈ। ਚਾਨਣੀ ਦੇ ਨਾਲ ਖਿੜੀ ਧਰਤੀ ਦੀ ਹਿੱਕੜੀ, ਚਾਨਣੀ ਦੇ ਨਾਲ
ਜੈ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸਤਾਨਾ ਹੈਗਾ ਜਸਬੀਰ ਰਾਮ ਹੀਰ, ਗੁਰੂ ਰਵਿਦਾਸ ਸਭਾ ਲੈਸਟਰ ਦਾ ਜਨਰਲ ਸਕੱਤਰ ਸੇਵਾਦਾਰ। ਅਤੇ ਅੱਜ ਅਸੀਂ ਗੁਰੂ ਰਵਿਦਾਸ ਸਭਾ ਲੈਸਟਰ 3 ਮਾਰਚ ਨੂੰ, ਜੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ 645ਵਾਂ ਆਗਮਨ ਪੁਰਬ, ਸ਼੍ਰੀ ਖੰਡਪੁਰ ਸਾਹਿਬ 11 ਖੰਡਪੁਰ ਸਾਹਿਬਾਂ ਦੀ ਲੜੀ ਦੇ ਭੋਗ ਪੈਣੇ ਹਨ, ਅਤੇ ਉਸ ਸੰਬੰਧ ਵਿੱਚ ਅਸੀਂ ਗੁਰਪੁਰਬ ਮਨਾਇਆ ਹੈ। ਅਤੇ ਸਮੁੱਚੇ ਸੰਸਾਰ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ। ਲੈਸਟਰੀ ਪੁਰਬ ਦੀ ਕਮੇਟੀ, ਗੁਰੂ ਘਰ ਦੇ ਟਰੱਸਟੀ ਸਾਹਿਬਾਨ ਅਤੇ ਸੈਡੀ ਲੈਸਟਰ ਦੀ ਸੰਗਤ ਨੂੰ ਜੀਆਂ ਆਖਦੇ ਹਨ ਅਤੇ ਲੱਖ ਲੱਖ ਵਧਾਈਆਂ, ਅਤੇ ਖਾਸ ਕਰਕੇ ਕੋਹੀਨੂਰ ਸਟਾਫ ਦਾ ਜੋ TV ਮੀਡੀਆ ਅਤੇ ਰੇਡੀਓ 'ਤੇ ਬ੍ਰੋਡਕਾਸਟਿੰਗ ਕਰ ਰਹੇ ਆ, ਬਹੁਤ ਬਹੁਤ ਧੰਨਵਾਦੀ ਆ। ਜੈ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। To Sangat ji here and Sri Jasveer Singh ji here, General Secretary Guru Ravidas ji Temple Leicester and the Management Committee members. So thank you very much. Puja Archa Ahe Na Tori Puja Archa Ahe Na Tori ਰਵਿਦਾਸ ਕਵਨ ਗਤ ਮੋਹਿ, ਰਵਿਦਾਸ ਕਵਨ ਗਤ ਮੋਹਿ, ਆਇਆ ਕੋਈ ਰਵਿਦਾਸ ਕਵਨ ਗਤ ਮੋਹਿ, ਫੁੱਲ ਪਵਰੀ ਜਲ ਮੀਨ ਬਗਾਰਿਓ, ਫੁੱਲ ਪਵਰੀ ਜਲ ਮੀਨ ਬਗਾਰਿਓ, ਜਾ ਅਰਚਾ ਆਹੇ ਨ ਤੋਰੀ ਰਵਿਦਾਸ ਕਵਨ ਗਤ ਮੋਹਿ, ਰਵਿਦਾਸ ਕਵਨ ਗਤ ਮੋਹਿ, ਪੂਜਾ ਅਰਚਾ ਆਹੇ ਨ ਤੋਰੀ ਰਵਿਦਾਸ ਕਵਨ ਗਤ ਮੋਹਿ, ਅਨੂਪ ਨਾ ਪਾਵਰ ਨਾ ਭੂਲ, ਅਨੂਪ ਨਾ ਪਾਵਰ, ਪੂਜਾ ਅਰਚਾ ਆਏ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਹਿ, ਕਹਿ ਰਵਿਦਾਸ ਕਵਨ ਗਤ ਮੋਹਿ। ਭਾਵੇਂ ਮੈਨੂੰ ਇਸ ਗੁਰੂ ਘਰ ਦੇ ਵਿੱਚ ਜਦੋਂ ਦੀ ਇਸ ਬਿਲਡਿੰਗ ਦੀ ਉਸਾਰੀ ਹੋਈ ਹੈ, ਜਿਵੇਂ ਕਿ ਇਸ ਗੁਰੂ ਘਰ ਦਾ ਪ੍ਰਬੰਧਕ ਇੱਥੋਂ ਦੀ ਕਮੇਟੀ ਨੇ ਭਾਈ
ਜੋ ਬਹੁਤ ਹੀ ਸੇਵਾਦਾਰ ਸਨ ਮਾਹੀ ਅਤੇ ਉਹਨਾਂ ਦੇ ਪਰਿਵਾਰ ਨੇ। ਉਹ ਤੋਂ ਬਾਅਦ ਬਾਕੀ ਸਾਰੇ ਕਮੇਟੀ ਮੈਂਬਰਾਂ ਨੇ ਜਿਹੜੇ ਕਿ ਅੱਜ ਮੌਜੂਦਾ ਕਮੇਟੀ ਦੇ ਸੈਕਟਰੀ ਅਤੇ ਪ੍ਰਧਾਨ ਅਤੇ ਬਾਕੀ ਉਹਨਾਂ ਦੇ ਸਾਥੀ ਹਨ, ਮੈਂ ਉਹਨਾਂ 'ਤੇ ਬੜਾ ਹੀ ਮਾਣ ਹਾਂ ਸਾਨੂੰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪਿਛਲੇ ਬਹੁਤ ਸਾਲਾਂ ਤੋਂ ਭਗਤ ਰਵਿਦਾਸ ਦਾ ਜਨਮਦਿਨ ਮਨਾਇਆ। ਹਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇਰਾ ਰੋਜ਼ ਜਾਏਂਗੇ ਸਤਿਪਾਖੇ ਰਵਿਦਾਸ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 642ਵੇਂ ਜਨ ਪ੍ਰਕਾਸ਼ ਦਿਵਸ ਦੀਆਂ ਸਾਧਸੰਗ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।